ਖੁਫੀਆ ਏਜੰਸੀਆਂ ਮੁਤਾਬਕ ਗਵਾਂਢੀ ਮੁਲਕ ਤੋਂ 4 ਦਹਿਸ਼ਤਗਰਦ ਭਾਰਤ ਵਿੱਚ ਵੜ ਚੁੱਕੇ ਨੇ ਜਿਨ੍ਹਾਂ ਨੂੰ ਹਥਿਆਰ ਪਹੁੰਚਾਉਣ ਦੀ ਜ਼ਿੰਮੇਵਾਰੀ ਨਸ਼ੇ ਦੇ ਸੌਦਾਗਰਾਂ ਨੂੰ ਦਿੱਤੀ ਗਈ ਹੈ ਇਸ ਕਰਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੁਰੱਖਿਆ ਚਾਕ ਚੌਬੰਦ ਕਰ ਦਿੱਤੀ ਗਈ ਹੈ ਮੋਹਾਲੀ ਵਿੱਚ ਵੀ ਸਖ਼ਤ ਸੁਰੱਖਿਆ ਵੇਖਣ ਨੂੰ ਮਿਲ ਰਹੀ ਹੈ ਮੋਹਾਲੀ ਦੇ ਹਰ ਐਂਟਰੀ ਪੁਆਇੰਟ ਤੇ ਪੁਲਿਸ ਦੀ ਨਾਕੇਬੰਦੀ ਆਉਣ ਜਾਣ ਵਾਲੀ ਹਰ ਗੱਡੀ ਤੇ ਨਜ਼ਰ ਰੱਖੀ ਜਾ ਰਹੀ ਹੈ ਪੁਲਿਸ ਦੀਆਂ ਵੱਖੋ ਵੱਖ ਟੀਮਾਂ ਬਣਾਈਆਂ ਗਈਆਂ ਨੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਸਰਗਰਮੀ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਇਸ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਕਰੀਬਨ 100 ਪੁਲਿਸ ਮੁਲਾਜ਼ਮ ਸੁਰੱਖਿਆ ਚਲਾਏ ਗਏ ਨੇ ਅਤੇ ਮੋਹਾਲੀ ਵਿੱਚ 25 ਟੀਮਾਂ ਦਾ ਗਠਨ ਹੋਇਆ ਹੈ ਸਿਟੀ ਦੇ ਵਿੱਚ 25 ਨਾਕੇ ਲੱਗੇ ਆ ਹਰ ਨਾਕੇ ਦੇ ਉੱਤੇ ਸਾਡੀ ਪੀਸੀਆਰ ਦੀ ਗੱਡੀ ਔਰ ਨਾਲ ਥਾਣੇ ਦੇ ਮੁਲਾਜ਼ਮ ਰੂਟੀਨ ਚੈਕਿੰਗ ਕਰ ਰਹੇ ਹਾਂ ਸ਼ੱਕੀ ਪੁਰਸ਼ ਕੋਈ ਉਹਨਾਂ ਨੂੰ ਜਿਹੜੇ ਕੋਈ ਐਡੈਂਸਰ ਉਹਨਾਂ ਦੀ ਬਕਾਇਦਾ ਜਿਹੜੇ ਰੋਕ ਕੇ ਉਹਨਾਂ ਦਾ ਪਤਾ ਕਰਦੇ ਕਿੱਥੋਂ ਆਏ ਕਿੱਥੇ ਜਾ ਰਹੇ ਆ ਰੂਟੀਨ ਚੈਕਿੰਗ ਸਾਡੀ ਸਵੇਰ ਦੀ ਚੱਲ ਰਹੀ ਮੋਹਾਲੀ ਦੇ ਫੇਜ਼ 2 ਦੇ ਐਂਟਰੀ ਪੁਆਇੰਟ ਤੇ ਚੰਡੀਗੜ੍ਹ ਤੋਂ ਆਉਣ ਜਾਣ ਵਾਲੀ ਹਰ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਸਮਾਨ ਦੀ ਵੀ ਚੈਕਿੰਗ ਹੋ ਰਹੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਗਲਤ ਕੰਮ ਨਾ ਕਰ ਸਕੇ ਜਿਹੜੇ ਸਾਨੂੰ ਲੱਗ ਰਿਹਾ ਕੋਈ ਸ਼ੱਕ ਪੈ ਰਹੀ ਹੈ ਔਰ ਉਹਨਾਂ ਨੂੰ ਬਕਾਇਦਾ ਰੋਕ ਕੇ ਉਹਨਾਂ ਦੀ ਗੱਡੀ ਦੀ ਤਲਾਸ਼ੀ ਵਗੈਰਾ ਲੈਂਦੇ ਹਾਂ ਔਰ ਡਾਕੂਮੈਂਟ ਵਗੈਰਾ ਚੈੱਕ ਕਰਦੇ ਹਾਂ ਔਰ ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ ਦੇਖ ਕੇ ਜਾ ਕੇ ਫਿਰ ਛੱਡ ਪੰਜਾਬ ਦੇ ਨਾਲ ਨਾਲ ਜੰਮੂ ਕਸ਼ਮੀਰ ਵਿੱਚ ਵੀ ਵੱਡੇ ਦਹਿਸ਼ਤਗਰਦੀ ਹਮਲੇ ਦਾ ਅਲਰਟ ਘੁਸਪੈਠ ਕਰ ਚੁੱਕੇ 4 ਦਹਿਸ਼ਤਗਰਦਾਂ ਨੂੰ ਹਥਿਆਰ ਮਿਲਣ ਦਾ ਇੰਤਜ਼ਾਰ ਅਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਕਿ ਜੰਮੂ ਕਸ਼ਮੀਰ ਦਾ ਕਠੂਆ ਅਤੇ ਪੰਜਾਬ ਦੇ ਪਠਾਨਕੋਟ ISI ਦੇ ਦਹਿਸ਼ਤਗਰਦਾਂ ਦੇ ਨਿਸ਼ਾਨੇ ਤੇ ਨੇ ਖਬਰਾਂ ਦੇ ਮੁਤਾਬਕ ਪਾਕਿਸਤਾਨੀ ਖੁਫੀਆ ਏਜੰਸੀ ISI ਨੇ ਡਰੱਗ ਡੀਲਰਸ ਨੂੰ ਦਹਿਸ਼ਤਗਰਦਾਂ ਨੂੰ ਹਥਿਆਰ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ ਰਵਿੰਦਰ ਸਿੰਘ ਜ਼ੀ ਮੀਡੀਆ ਮੋਹਾਲੀ